ਸਤਿ ਸ੍ਰੀ ਅਕਾਲ ਜੀ। ਹਰਜਿੰਦਰ ਵਾਲੀਆ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ। ਉੱਠੋ ਸ਼ੇਰ ਪੰਜਾਬੀਓ, ਹੁਣ ਪੰਜਾਬ ਬਚਾ ਲਓ, ਹੁਣ ਜਾਗੋ ਫਿਰ ਜੁਝਾਰੂਓ, ਅਣਖਾਂ ਨੂੰ ਜਗਾ ਲਓ। ਇਹ ਕੌਣ ਜਗਾ ਰਿਹਾ ਅਣਖਾਂ ਨੂੰ? ਪੰਜਾਬ ਬਚਾਓ ਯਾਤਰਾ ਸੁਖਬੀਰ ਸਿੰਘ ਬਾਦਲ ਦੀ, ਇਹ ਕਹਿ ਰਹੇ ਨੇ। ਤੇ ਪੰਜਾਬ ਨੂੰ ਲੁੱਟਣ ਵਾਲੇ ਹੁਣ ਕੱਢ ਰਹੇ ਨੇ ਯਾਤਰਾ, ਇਹ ਕੌਣ ਕਹਿ ਰਿਹਾ? ਇਹ ਭਗਵੰਤ ਮਾਨ ਕਹਿ ਰਿਹਾ। ਇਹੀ ਗੱਲ ਕਰ ਲਈ ਅੱਜ ਆਪਾਂ ਕਿ ਪੰਜਾਬ ਬਚਾਓ ਯਾਤਰਾ ਜਾਂ ਉਹਦਾ ਵਿਰੋਧ ਕਰਨ ਵਾਲੇ ਕੀ ਕਹਿ ਰਹੇ ਨੇ। ਲੇਕਿਨ ਉਸ ਤੋਂ ਪਹਿਲਾਂ ਜੋ ਗੱਲ ਮੈਂ ਅਕਸਰ ਕਹਿਣਾ ਹੈ, ਉਹੀ ਕਹਿ ਰਿਹਾ, ਉਹੀ ਅਪੀਲ ਕਰ ਰਿਹਾ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਪਲੀਜ਼ ਕਰ ਲਵੋ। ਹੁਣ ਗੱਲ ਕਰੀਏ ਪੰਜਾਬ ਬਚਾਓ ਯਾਤਰਾ ਦੀ। ਇਹ ਯਾਤਰਾ ਅਕਾਲ ਤਖਤ ਸਾਹਿਬ ਤੋਂ 1 ਫਰਵਰੀ ਸਵੇਰੇ ਅਰਦਾਸ ਕਰਕੇ ਸ਼ੁਰੂ ਹੋਈ। ਅਰਦਾਸ ਹੋਈ ਅਕਾਲ ਤਖਤ ਸਾਹਿਬ 'ਤੇ, ਅਤੇ ਪੰਜਾਬ ਬਚਾਉਣ ਦੀ ਯਾਤਰਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਈ। ਅੱਜ ਅਟਾਰੀ ਅਤੇ ਹਲਕਾ ਰਾਜਸੰਸੀ, ਰਾਜਾਸੰਸੀ 'ਚ ਗਏ, ਅਟਾਰੀ 'ਚ ਗਏ, ਅਤੇ ਕੱਲ੍ਹ ਨੂੰ ਇਸੇ ਯਾਤਰਾ ਨੇ ਮਜੀਠਾ ਅਤੇ ਅਜਨਾਲਾ ਦੇ ਵਿੱਚ ਜਾਣਾ ਹੈ। ਅਸਲ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ, ਪਹਿਲੇ ਗੇੜ ਦੇ ਵਿੱਚ 43 ਹਲਕੇ ਇਸ ਮਹੀਨੇ ਕਵਰ ਕਰਨੇ ਨੇ ਇਸ ਪੰਜਾਬ ਬਚਾਓ ਯਾਤਰਾ ਨੇ। ਇੱਕ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇੱਕ ਕੈਲੰਡਰ ਵੀ ਜਾਰੀ ਕੀਤਾ ਸੀ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ ਸੀ। ਅਤੇ ਵਾਰ ਵਾਰ ਮੀਡੀਆ 'ਤੇ, ਖਾਸ ਤੌਰ 'ਤੇ ਜਿਹੜਾ ਇਹਨਾਂ ਦਾ ਆਪਣਾ ਚੈਨਲ ਆ PTC 'ਤੇ, ਇਸ ਯਾਤਰਾ ਨੂੰ ਔਰ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਦੱਸਿਆ ਜਾ ਰਿਹਾ, ਦਿਖਾਇਆ ਜਾ ਰਿਹਾ, ਜਿਹਦੇ 'ਚ ਸੁਖਬੀਰ ਸਿੰਘ ਬਾਦਲ ਦੱਸਦੇ ਨੇ ਕਿ ਯਾਤਰਾ ਕਿਉਂ ਕਰ ਰਹੇ ਹੈ। ਉਹ ਕਹਿ ਰਹੇ ਨੇ ਕਿ ਪੰਜਾਬ ਦਾ ਬੇੜਾ ਗਰਕ ਕਰਤਾ, ਹੁਣ ਤੱਕ ਦਾ ਸਭ ਤੋਂ ਨਿਖਿੱਧ ਮੁੱਖ ਮੰਤਰੀ ਭਗਵੰਤ ਮਾਨ ਹੈ, ਲੁੱਟ ਕੇ ਖਾ ਗਏ ਪੰਜਾਬ ਨੂੰ। ਇਹ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ, ਅਤੇ ਪੰਜਾਬ ਨੂੰ ਇਹਨਾਂ ਨੇ ਗਹਿਣੇ ਰੱਖਤਾ ਦਿੱਲੀ 'ਤੇ, ਦਿੱਲੀ ਵਾਲੇ ਲੁੱਟ ਰਹੇ ਨੇ ਪੰਜਾਬ ਨੂੰ, ਸੁਖਬੀਰ ਸਿੰਘ ਬਾਦਲ ਦਾ ਇਹ ਵੀ ਕਹਿਣਾ ਹੈ। ਤਾਂ ਕਹਿੰਦੇ ਨੇ ਫਿਰ ਇਹਨੂੰ ਬਚਾਊ ਕੌਣ? ਬਚਾਊ ਖੇਤਰੀ ਪਾਰਟੀ, ਬਚਾਊ ਪੰਜਾਬ ਦੀ ਪਾਰਟੀ, ਜਿਨ੍ਹਾਂ ਨੂੰ ਪੰਜਾਬ ਨਾਲ ਪਿਆਰ ਹੈ, ਪੰਜਾਬ ਦੇ ਹਿਤੈਸ਼ੀ ਨੇ, ਉਹ ਸ਼੍ਰੋਮਣੀ ਅਕਾਲੀ ਦਲ ਇਕੱਲੀ ਉਹ ਪਾਰਟੀ ਹੈ, ਇਹ ਉਹਨਾਂ ਨੇ ਕਿਹਾ। ਅਤੇ ਉਹ ਕਹਿੰਦੇ ਭਗਵੰਤ ਮਾਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਬੁਰੀ ਤਰੀਕੇ ਨਾਲ ਫੇਲ ਹੋ ਚੁੱਕਿਆ, ਹਰ ਫਰੰਟ 'ਤੇ ਫੇਲ ਹੋ ਚੁੱਕਿਆ। ਪੰਜਾਬ ਕਰਜ਼ੇ ਹੇਠ ਦੱਬਿਆ ਜਾ ਰਿਹਾ, ਪੰਜਾਬ ਦੇ ਲੋਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਬਿਲਕੁਲ ਠੀਕ ਨਹੀਂ, ਬੇਅਦਬੀਆਂ ਹੋ ਰਹੀਆਂ ਨੇ। ਸੁਲਤਾਨਪੁਰ ਲੋਧੀ ਨੂੰ ਲੈ ਕੇ ਉਹਨਾਂ ਨੇ ਇਸ 'ਤੇ ਹਮਲਾ ਕੀਤਾ ਕਿ ਇਹ ਜਿਸ ਤਰੀਕੇ ਨਾਲ ਭਗਵੰਤ ਮਾਨ ਚੱਲ ਰਿਹਾ, ਸੱਚਮੁੱਚ ਹੀ ਜੇ ਹੁਣ ਪੰਜਾਬ ਨੂੰ ਨਾ ਬਚਾਇਆ ਤਾਂ ਬੜਾ ਮੁਸ਼ਕਿਲ ਹੋਜੂ। ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ। ਇਹ ਜਿਹੜਾ ਪੰਜਾਬ ਦੇ ਨੁਕਸਾਨ ਦੀ ਗੱਲ ਸੁਖਬੀਰ ਸਿੰਘ ਬਾਦਲ ਆਪਦੀ ਯਾਤਰਾ, ਯਾਤਰਾ ਕੀ ਹੈ ਕਿ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਕਰ ਰਿਹਾ, ਪੈਦਲ ਯਾਤਰਾ ਨਹੀਂ ਹੈ, ਮੂਹਰੇ ਗੱਡੀ 'ਚ ਓਪਨ ਸੁਖਬੀਰ ਸਿੰਘ ਬਾਦਲ, ਪਿੱਛੇ ਮੋਟਰਸਾਈਕਲਾਂ ਦਾ ਵੱਡਾ ਕਾਫਲਾ, ਗੱਡੀਆਂ ਦਾ ਕਾਫਲਾ, ਇਸ ਤਰੀਕੇ ਨਾਲ ਇਹ ਯਾਤਰਾ ਕੱਢੀ ਜਾ ਰਹੀ ਹੈ। ਔਰ ਇਹ ਪਿੰਡਾਂ 'ਚ ਜਾ ਰਹੇ ਨੇ, ਕਿਸਮ ਦੀ ਇੱਕ ਹਮਲਾ ਹੈ ਲੋਕਾਂ 'ਚ ਜਾਣ ਦਾ, ਪਿੰਡਾਂ 'ਚ ਜਾਣ ਦਾ, ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦਾ।
ਔਰ ਗਾਣਾ ਬਹੁਤ ਵਧੀਆ ਇਹਨਾਂ ਨੇ ਤਿਆਰ ਕੀਤਾ ਜਿਹਦੇ ਵਿੱਚ ਜਿਹਦੇ ਬੋਲ ਕਾਫੀ ਇਸ ਤਰ੍ਹਾਂ ਦੇ ਲੱਗਦੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਿੰਨੀਆਂ ਉਪਲਬਧੀਆਂ ਨੇ ਉਹਦੇ 'ਚ ਹੀ ਗਿਣਾਇਆ ਗਿਆ। ਜਿਵੇਂ ਮੈਂ ਦੱਸਿਆ, ਉੱਠੋ ਸ਼ੇਰ ਪੰਜਾਬੀਓ, ਹੁਣ ਪੰਜਾਬ ਬਚਾ ਲਓ, ਹੁਣ ਜਾਗੋ ਫਿਰ ਜਜਾਰੂਓ, ਅਣਖਾਂ ਨੂੰ ਜਗਾ ਲਓ, ਅਸੀਂ ਮਾਰਾਂ ਖਾ ਖਾ ਲਈ ਸੀ ਜਿਹੜੀ ਖੁਦਮੁਖਤਿਆਰੀ। ਫਿਰ ਉਹ ਅੱਗੇ ਸਾਰਾ ਜ਼ਿਕਰ ਕਰਦੇ ਨੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ 'ਚ ਬਦਲਾਅ ਲਿਆ ਤਾ, ਉਹਨਾਂ ਪੰਜਾਬ ਨੂੰ ਦਿੱਲੀ ਨੂੰ ਗਹਿਣੇ ਪਾ ਤਾ। ਮਤਲਬ ਇਕੱਲੀ ਇਕੱਲੀ ਗੱਲ ਜਿਹੜੀ ਹੈ ਉਹਨਾਂ ਨੇ ਜਿਹੜਾ ਮੰਤਵ ਹੈ ਉਹ ਸਾਰਾ ਇਸ ਗੀਤ ਦੇ ਵਿੱਚ ਨਜ਼ਰ ਆਉਂਦਾ ਹੈ। ਸੋ ਇਉਂ ਕਹੀਏ ਕਿ ਸੁਖਬੀਰ ਸਿੰਘ ਬਾਦਲ ਚੋਣਾਂ ਤੋਂ ਪਹਿਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਆਪ ਨੂੰ ਦੁਬਾਰਾ ਇਮਰਜ ਕਰਨਾ ਚਾਹੁੰਦਾ ਹੈ, ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ। ਅਤੇ ਫਿਰ ਮੈਂ ਸੁਣ ਵੀ ਰਿਹਾ ਸੀ ਮਜੀਠੀਆ ਸਾਹਿਬ ਨੂੰ ਜਿਹੜੇ ਕਹਿੰਦੇ ਇਹ ਯਾਤਰਾ ਤਾਂ ਅਸਲ ਵਿੱਚ ਭਗਵੰਤ ਭਜਾਓ ਯਾਤਰਾ ਹੈ, ਪੰਜਾਬ ਬਚਾਓ ਯਾਤਰਾ ਹੈ, ਜੋ ਵੀ ਅਕਾਲੀ ਦਲ ਕਹਿ ਸਕਦਾ ਕਿਹਾ। ਦੂਜੇ ਪਾਸੇ ਭਗਵੰਤ ਮਾਨ ਜਿਹੜੀ ਅੱਜ ਉਹਨਾਂ ਨੇ ਇੱਕ ਫੰਕਸ਼ਨ ਦੇ ਵਿੱਚ ਨਿਯੁਕਤੀਆਂ ਪੱਤਰ ਵੰਡੇ, ਉੱਥੇ ਉਹਨਾਂ ਨੇ ਸਿੱਧੇ ਨਿਸ਼ਾਨੇ ਅਕਾਲੀਆਂ ਅਤੇ ਕਾਂਗਰਸੀਆਂ 'ਤੇ ਲਾਏ। ਕਹਿੰਦੇ ਪੰਜਾਬ ਨੂੰ ਲੁੱਟਣ ਵਾਲੇ ਹੁਣ ਯਾਤਰਾ ਕੱਢ ਰਹੇ ਨੇ। 20 ਸਾਲ ਇਹਨਾਂ ਦਾ ਰਾਜ ਰਿਹਾ, 2002 ਤੋਂ ਲੈ ਕੇ 22 ਤੱਕ ਕੈਪਟਨ ਅਤੇ ਬਾਦਲ ਦੋਨਾਂ ਨੇ ਰਾਜ ਕੀਤਾ, ਦੋਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। 4 ਲੋਕਾਂ ਦੇ ਹੱਥ ਕਮਾਂਡ ਸੀ, ਉਹ ਕਹਿੰਦੇ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਦੂਜਾ ਕੈਪਟਨ ਅਤੇ ਤੀਜਾ ਉਹਨਾਂ ਨੇ ਨਾਂ ਜਿਹੜਾ ਹੈ ਕੈਪਟਨ ਸਾਹਿਬ ਦੀ ਜਿਹੜੀ ਸਹੇਲੀ ਸੀ ਉਹਦਾ ਜ਼ਿਕਰ ਕੀਤਾ ਬਿਨਾਂ ਨਾਂ ਲਏ। ਅਤੇ ਲੋਕਾਂ ਨੂੰ ਕਹਿੰਦੇ ਬੁਰੀ ਤਰੀਕੇ ਨਾਲ ਅਰਦਾਸ ਕੀਤਾ, ਲੋਕਾਂ ਵੱਲ ਕੋਈ ਧਿਆਨ ਨਹੀਂ ਸੀ, ਲੋਕ ਵਿਦੇਸ਼ਾਂ 'ਚ ਜਾਣ ਲਈ ਮਜਬੂਰ ਹੋ ਗਏ। ਇਹ ਭਗਵੰਤ ਮਾਨ ਦਾ ਕਹਿਣਾ ਸੀ, ਲੇਕਿਨ ਗੱਲ ਇੱਥੇ ਖਤਮ ਨਹੀਂ ਹੁੰਦੀ। ਬਾਕੀ ਪੰਥਕ ਪਾਰਟੀਆਂ ਕੀ ਕਹਿੰਦੀਆਂ ਨੇ? ਮੈਂ ਅੱਜ ਜਦੋਂ ਪਰਮਜੀਤ ਸਿੰਘ ਸੋਹਲੀ ਅਕਾਲੀ ਦਲ ਸੁਤੰਤਰ ਉਹਨਾਂ ਨੂੰ ਪੁੱਛਿਆ, ਉਹਨਾਂ ਨੂੰ ਬੁਲਾਇਆ, ਉਹ ਕਹਿੰਦੇ ਇਹ ਬੰਦੇ ਇਹ ਬੇਅਦਬੀ ਕਰਵਾਉਣ ਵਾਲੇ, ਇਹ ਬੰਦੇ ਬੰਦੀ ਸਿੰਘਾਂ ਦੇ ਮਾਮਲੇ 'ਚ ਇਹਨਾਂ ਦਾ ਸਟੈਂਡ ਕੀ ਹੈ, ਪੁੱਛੋ ਇਹਨਾਂ ਨੂੰ, ਇਹ ਸਮੇਤ ਸੈਨੀ ਤੋਂ ਬੰਦਿਆਂ ਨੂੰ ਮਰਵਾਉਣ ਵਾਲੇ, ਇਹ ਉਹ ਬੰਦੇ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ, ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਆਪਦਾ ਗੁਲਾਮ ਬਣਾਇਆ, ਸ਼੍ਰੋਮਣੀ ਕਮੇਟੀ ਇਹਨਾਂ ਦੇ ਗੁਲਾਮ ਬਣੀ ਹੋਈ ਹੈ, ਉਹਨਾਂ ਨੇ ਕੋਈ ਚੀਜ਼ ਐਸੀ ਨਹੀਂ ਛੱਡੀ। ਇਹ ਕਹਿੰਦੇ ਕਿਵੇਂ ਦੁਬਾਰਾ ਰਿਵਾਈਵ ਕਰ ਲੈਣਗੇ? ਅਤੇ ਜਿੰਨਾ ਚਿਰ ਇਹ ਆਪਣੀਆਂ ਗਲਤੀਆਂ ਨਹੀਂ ਮੰਨਦੇ, ਜਿੰਨਾ ਚਿਰ ਇਹ ਕਹਿੰਦੇ ਨਹੀਂ ਕਿ ਗਲਤੀ ਸਾਥੋਂ ਹੋ ਗਈ ਅਤੇ ਕਿਹੜੀ ਕਿਹੜੀ ਗਲਤੀ ਹੋਈ, ਉਹ ਕਹਿ ਕੇ ਅਕਾਲ ਤਖਤ ਸਾਹਿਬ ਅਤੇ ਮਰਿਆਦਾ ਦੇ ਮੁਤਾਬਕ ਗਲਤੀ ਨਹੀਂ ਮੰਨਦੇ, ਉਨਾ ਚਿਰ ਇਹਨਾਂ ਦਾ ਕੁਛ ਨਹੀਂ ਹੋਣਾ। ਇਸੇ ਕਿਸਮ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਅਮਰਿੰਦਰ ਸਿੰਘ ਨੇ ਕਹੀ, ਉਹ ਕਹਿੰਦੇ ਇਹ ਇਹਨਾਂ ਨੂੰ ਤਾਂ ਹੱਕ ਹੀ ਕੋਈ ਨਹੀਂ, ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਨਾ ਇਹ ਹੁਣ ਕੱਢ ਲਿਆ ਇਹਨਾਂ ਨੇ, ਪਹਿਲਾਂ ਕਿੱਥੇ ਗਏ ਸੀ? ਖੁਦਮੁਖਤਿਆਰੀ ਹੁਣ ਕਹਿੰਦੇ ਨੇ, 370 ਵੇਲੇ ਕਿੱਥੇ ਸੀ? ਜਦੋਂ ਕੋਈ ਵੀ ਮਸਲਾ ਉੱਠਿਆ ਭਾਰਤੀ ਜਨਤਾ ਪਾਰਟੀ ਨਾਲ, ਇਹਨਾਂ ਨੇ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਨੂੰ ਸਪੋਰਟ ਦਿੱਤੀ ਹੈ, ਇਹਨਾਂ ਦਾ ਕੀ ਹੱਕ ਹੈ? ਇਹਨਾਂ ਉਹਨਾਂ ਨੇ ਵੀ ਫਿਰ ਪੁਰਾਣੇ ਮਸਲੇ ਇਹਨਾਂ ਦੇ ਜਰਨੈਲਾਂ ਦੇ ਨਾਂ ਲਏ, ਅਤੇ ਕਦੇ ਉਹ ਘੋਟਨੇ ਦਾ ਜ਼ਿਕਰ ਕੀਤਾ, ਸਵੇਦ ਸੈਨੀ ਇਜ਼ਰਾਲ ਹਾਲਮ,
ਇਹਨਾਂ ਸਭ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਇਹ ਉਹ ਬੰਦੇ ਨੇ ਇਹਨਾਂ ਨੇ ਜਿਸ ਤਰੀਕੇ ਨਾਲ ਪੰਥ ਨੂੰ ਵਰਤਿਆ ਤੇ ਹੁਣ ਇਹ ਸ਼ਾਮ ਸਿੰਘ ਅਟਾਰੀ ਨੂੰ ਵਰਤ ਰਹੇ ਨੇ, ਉਹਨਾਂ ਨੇ ਇਸ ਤਰੀਕੇ ਨਾਲ ਗੱਲ ਕੀਤੀ। ਤੋ ਇਹ ਜਿਹੜੇ ਪੰਥਕ ਧਿਰਾਂ ਨੇ ਉਹ ਇਸ ਜਿਹੜੀ ਇਹਨਾਂ ਦੀ ਯਾਤਰਾ ਨੂੰ ਇਸ ਨਜ਼ਰੀਏ ਤੋਂ ਦੇਖ ਰਹੇ ਨੇ ਕਿ ਇਹ ਜਦੋਂ ਪਾਵਰ 'ਚ ਨਹੀਂ ਹੁੰਦੇ ਉਦੋਂ ਪੰਥ ਦਾ ਨਾਂ ਲੈਂਦੇ ਨੇ, ਇਹ ਸ਼੍ਰੋਮਣੀ ਕਮੇਟੀ ਦੇ ਪਿੱਛੇ ਖੜ ਕੇ ਫਿਰ ਇਹ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਹੁਣ ਪੰਜਾਬੀ ਸਮਝ ਚੁੱਕੇ ਨੇ, ਹੁਣ ਸਿੱਖ ਸਮਝ ਚੁੱਕੇ ਨੇ ਕਿ ਇਹਨਾਂ ਦੀ ਕਿਸ ਤਰ੍ਹਾਂ ਦੀ ਚਾਲ ਹੁੰਦੀ ਹੈ, ਇਸ ਵਾਰ ਉਹ ਨਹੀਂ ਆਉਣਗੇ। ਇਹ ਤਾਂ ਜੋ ਕੁਛ ਹੋਇਆ, ਤੁਸੀਂ ਕਹੋਗੇ ਜੀ ਇਹ ਤਾਂ ਲੋਕਾਂ ਨੇ ਕਿਹਾ, ਤੁਸੀਂ ਕੀ ਕਹਿੰਦੇ ਹੋ? ਮੇਰੀ ਬੜੀ ਸਪਸ਼ਟ ਟਿੱਪਣੀ ਹੈ ਇਸ ਮਾਮਲੇ 'ਚ। ਦੇਖੋ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਚ ਇਕਬਾਲ ਸਿੰਘ ਝੂੰਦਾਂ ਦੀ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਨੇ, ਉਹਦਾ ਜਿਹੜਾ ਫੈਸਲਾ ਹੈ ਉਹ ਬਹੁਤ ਮੈਟਰ ਕਰਦਾ। ਉਹ ਇਹ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਲੀਡਰਸ਼ਿਪ 'ਚ ਤਬਦੀਲੀ ਚਾਹੀਦੀ ਹੈ। ਅਤੇ ਮੈਂ ਅੱਜ ਕਿਸੇ ਨੂੰ ਪੁੱਛਿਆ, ਯੂਨੀਵਰਸਿਟੀ 'ਚ ਇੱਕ ਮੇਲਾ ਲੱਗਿਆ ਹੋਇਆ ਪੁਸਤਕ ਮੇਲਾ, ਮੈਂ ਉੱਥੇ ਗਿਆ ਪੁੱਛਿਆ ਕਿ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਇਹ ਯਾਤਰਾ ਨੂੰ ਰਿਵਾਈਵ ਕਰ ਲੈਣਗੇ ਕੁਛ ਅਕਾਲੀ ਦਲ ਨੂੰ? ਉਹ ਕਹਿੰਦੇ ਸਭ ਕੁਛ ਠੀਕ ਹੋਜੂ, ਇੱਕੋ ਹੀ ਗੱਲ ਚਾਹੀਦੀ ਹੈ ਕਿ ਕੁਰਬਾਨੀ ਦੇ ਦੇਣ। ਕਿਹਦੀ ਕੁਰਬਾਨੀ? ਸੁਖਬੀਰ ਸਿੰਘ ਬਾਦਲ ਦੀ ਕੁਰਬਾਨੀ। ਉਹ ਕਹਿੰਦੇ ਵੀ ਮੈਂ ਛੱਡਿਆ, ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਜਾਣਗੇ, ਇਹ ਲੋਕਾਂ ਦਾ ਕਹਿਣਾ, ਕਿਉਂਕਿ ਪਹਿਲਾਂ ਝੂਦਾ ਕਮੇਟੀ ਨੇ ਵੀ ਇਹ ਕਿਹਾ ਸੀ, ਲੀਡਰਸ਼ਿਪ ਤਬਦੀਲੀ ਦੀ ਗੱਲ ਕੀਤੀ ਸੀ। ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ, ਪੰਜਾਬ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਕੋਈ ਖੇਤਰੀ ਪਾਰਟੀ ਹੋਵੇ ਅਤੇ ਮਜ਼ਬੂਤ ਪਾਰਟੀ ਹੋਵੇ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ, ਪੰਜਾਬ ਹਿਤੈਸ਼ੀ ਪਾਰਟੀ ਹੋਵੇ, ਉਹ ਪਾਰਟੀ ਦਿੱਲੀ ਤੋਂ ਨਾ ਚੱਲੇ, ਉਹ ਪਾਰਟੀ ਗੁਲਾਮ ਨਾ ਹੋਵੇ ਦਿੱਲੀ ਦੀ, ਜਾਂ ਦਿੱਲੀ ਦੀਆਂ ਡਾਇਰੈਕਸ਼ਨ 'ਤੇ ਨਾ ਚੱਲੇ, ਸਿਰਫ ਪੰਜਾਬ ਦੀ ਗੱਲ ਪੰਜਾਬ 'ਚ ਕਰਦੀ ਹੋਵੇ, ਉਸ ਕਿਸਮ ਦੀ ਇੱਕ ਪਾਰਟੀ ਦੀ ਪੰਜਾਬ ਨੂੰ ਲੋੜ ਹੈ। ਲੇਕਿਨ ਜਿਸ ਤਰੀਕੇ ਨਾਲ ਇਸ ਪਾਰਟੀ ਦੀ ਲੀਡਰਸ਼ਿਪ ਨੇ ਪਰਿਵਾਰਵਾਦ ਨੂੰ ਜਨਮ ਦਿੱਤਾ, ਸਾਰਾ ਕੁਛ ਹੀ ਪਰਿਵਾਰ ਨੂੰ, ਇਕੱਲੇ ਹੀ ਨਹੀਂ ਬਾਕੀ ਲੀਡਰਾਂ ਨੂੰ ਵੀ ਪਰਿਵਾਰ ਦੇ ਵਿੱਚ ਜੋੜ ਲਿਆ। ਯਾਨੀ ਇਸ ਕਰਕੇ ਯਾਨੀ ਕੋਈ ਵੀ ਜਿਹੜਾ ਲੀਡਰ ਪ੍ਰਕਾਸ਼ ਸਿੰਘ ਬਾਦਲ ਨਾਲ ਸੀ, ਉਹਨਾਂ ਦੇ ਬੱਚਿਆਂ ਨੂੰ ਅੱਗੇ ਲਿਆ ਕੇ ਕਿ ਸੁਖਬੀਰ ਸਿੰਘ ਬਾਦਲ ਦੀ ਉਹ ਈਨ ਮੰਨਣ, ਉਹਨਾਂ ਨੂੰ ਅੱਗੇ ਕਰਤਾ। ਹਰ ਇੱਕ ਬੰਦੇ ਦੇ 'ਚ ਪੁੱਤਰ ਮੋਹ ਹੁੰਦਾ, ਤਾਂ ਮਤਲਬ ਇਸ ਤਰੀਕੇ ਨਾਲ ਆਪਦੇ ਸਾਰੇ ਪਰਿਵਾਰ ਨੂੰ ਵੀ ਨਾਲ ਰੱਖਿਆ, ਲੋਕਾਂ ਦੇ ਲੀਡਰਾਂ ਦੇ ਪਰਿਵਾਰਾਂ ਨੂੰ ਨਾਲ ਲੈ ਲਿਆ ਅਤੇ ਇਸ ਤਰੀਕੇ ਨਾਲ ਚਲਾਇਆ, ਅਤੇ ਜਿਹੜੇ ਵੀ ਪੰਜਾਬ ਦੇ ਮਸਲੇ ਸੀ ਉਹਨਾਂ ਤੋਂ ਅੱਖਾਂ ਮੀਚ ਕੇ ਇਹਨਾਂ ਨੇ ਨਿੱਜੀ ਹਿੱਤਾਂ ਨੂੰ ਪਾਲਿਆ। ਔਰ ਇਹ ਸਾਰੀ ਗੱਲ ਕਰਕੇ ਲੋਕਾਂ ਦੇ ਮਨਾਂ 'ਚ ਬੇਅਦਬੀ, ਔਰ ਉਦੋਂ ਬਾਅਦ ਜਿਸ ਤਰੀਕੇ ਨਾਲ ਮਾਫ਼ੀ, ਇਹ ਸਾਰੀਆਂ ਗੱਲਾਂ ਬਾਈਬਲ ਕਲਾਂ, ਇਹ ਸਾਰੀਆਂ ਗੱਲਾਂ ਦੀ ਮਾਫ਼ੀ ਤਾਂ ਉਹ ਗਲਤੀ ਤਾਂ ਮੰਨਦੇ ਨੇ, ਪਰ ਜਿਸ ਤਰੀਕੇ ਨਾਲ ਮਰਿਆਦਾ ਅਨੁਸਾਰ ਗਲਤੀ ਮੰਨ ਕੇ ਸਜ਼ਾ ਲਵਾਉਣੀ ਚਾਹੀਦੀ ਹੈ, ਤਨਖਾਹ ਲਵਾਉਣੀ ਚਾਹੀਦੀ ਹੈ, ਉਹ ਨਹੀਂ ਲਵਾਈ। ਜੇ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਸ਼ਾਇਦ ਪੰਥ ਇਹਨਾਂ ਨੂੰ ਮਾਫ਼ ਕਰ ਦੇ, ਲੇਕਿਨ ਕੋਸ਼ਿਸ਼ ਕਰਨਾ ਹਰ ਇੱਕ ਦਾ ਹੱਕ ਹੈ ਅਤੇ ਉਹ ਕੋਸ਼ਿਸ਼ ਕਰ ਰਹੇ ਨੇ। ਦੇਖਦੇ ਹਾਂ ਕਿ ਇਹਨਾਂ ਨੂੰ ਸਿਆਸੀ ਤੌਰ 'ਤੇ ਕਿੰਨਾ ਕੁ ਫਾਇਦਾ। ਇਹ ਗੱਲ ਸੱਚੀ ਹੈ ਕਿ ਲੋਕ ਵੀ ਚਾਹੁੰਦੇ ਨੇ ਕਿ ਇੱਕ ਖੇਤਰੀ ਪਾਰਟੀ ਹੋਵੇ, ਔਰ ਅਕਾਲੀ ਦਲ ਦਾ ਕੈਡਰ ਬਹੁਤ ਵਧੀਆ ਹੈ, ਹਾਲੇ ਵੀ ਬਹੁਤ ਸਾਰੇ ਲੋਕ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ। ਜੇ ਇਹ ਹੋ ਜੇ ਤਾਂ ਸ਼ਾਇਦ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ। ਅੱਜ ਇੰਨਾ ਹੀ, ਫਿਰ ਕਿਸੇ ਹੋਰ ਵੀਡੀਓ 'ਚ ਆਪਾਂ ਅੱਗੇ ਗੱਲ ਤੋਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।